ਗੁਰੂ ਨਾਨਕ ਪਾਸ਼ਾਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਇੱਕ ਓੰਕਾਰ ਤੋਂ ਕੀਤਾ ਜਦੋਂ ਕੋਈ ਰਾਗ ਸ਼ੁਰੂ ਹੁੰਦਾ ਵਾ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਵਾ ਪਰ ਦੁਨੀਆ ਦੇ ਇੱਕ ਇੱਕ ਕੌਮ ਆ ਮੁਸਲਮਾਨ ਕੌਮ ਜਿਹੜੀ ਮੰਨਦੀ ਆ ਕਿ ਮੁਹੰਮਦ ਸਾਹਿਬ ਉਹ ਅੱਲਾ ਦਾ ਪੈਗਾਮ ਲੈ ਕੇ ਆਏ ਤੇ ਅੱਲਾ ਇਕਾ ਤੇ ਇਹਨਾਂ ਨੂੰ ਰੱਬ ਕਹਿਣਾ ਵੀ ਪਾਪ ਆ ਮੁਸਲਮਾਨ ਕਹਿੰਦੇ ਮੁਹੰਮਦ ਸਾਹਿਬ ਬਣਾ ਨੂੰ ਕਹਿੰਦੇ ਅੱਲਾ ਨਹੀਂ ਆ ਅੱਲਾ ਦਾ ਪੈਗਾਮ ਲੈ ਕੇ ਆਏ ਪਰ ਸਾਡੀ ਕੌਮ ਆ ਸਾਡੇ ਚ ਜੇਕ ਪਰਿਵਾਰ ਚ ਦਾਸ ਜੀ ਤੇ ਦਹਾਂ ਦਾ ਵੱਖੋ ਵੱਖਰਾ ਰੱਬ ਹੁੰਦਾ ਵਾ ਕੋਈ ਕਿਸ ਬਾਬੇ ਦੀ ਜਗ੍ਹਾ ਤੇ ਜਾਣ ੜਿਆ ਹੁੰਦਾ ਵਾ ਕੋਈ ਬਾਪੂ ਪੀਰ ਦੇ ਜਾਣ ੜਿਆ ਹੁੰਦਾ ਵਾ ਬੇਬੇ ਕਿਸ ਬਾਬੇ ਦੀ ਜਾਣ ੜਿੰਦੀ ਹੈ ਦੇਹਧਾਰੀ ਦੀ ਤੇ ਉੱਥੇ ਜਾ ਕੇ ਜੀ ਜਿਹਦੇ ਜਿਹਦੇ ਕੋ ਜਾਨਦੇ ਉਹ ਉਹ ਉਹਦਾ ਰੱਬ ਹੋ ਜਾਂਦਾ ਵਾ ਵੱਖੋ ਵੱਖਰੇ ਮਤਲਬ ਇਹਨਾਂ ਦੇ ਰੱਬ ਵਾ ਪਤਾ ਨਹੀਂ ਇੱਕ ਰੱਬ ਵਾਲਾ ਤਾਂ ਸਿਧਾਂਤ ਹੀ ਨਹੀਂ ਰਹਿ ਜਾਂਦਾ ਵੀ ਇੱਕ ਰੱਬ ਇਹਦੇ ਜੇ ਲਾਈ ਜਾ ਹਸਾਬ ਤੇ 33 ਕਰੋੜ ਤੋਂ ਟੱਪ ਜਾਂਦੀ ਗਿਣਤੀ ਜਿੰਨੇ ਸਾਡੇ ਜੀ ਹੈ ਇਹ ਕਿਉਂ ਆ ਕਿਉਂਕਿ ਅਸੀਂ ਗੁਰਬਾਣੀ ਜਪਜੀ ਸਵਾਸਿਰ ਅਰੰਭ ਕਰਦੇ ਆ ਤੇ ਮਕਾਉਨ ਤੇ ਧਿਆਨ ਦਨੇ ਮੁਖ ਜੇ ਮੁਖ ਜੇ ੴ ਤੋ ਪਤਾ ਨਹੀਂ ਕਿਹੜੇ ੴ ਸਤਨਾਮ ਕਰਦਾ ਬਸ ਨਰ ਭਉ ਨਰ ਵਾਰਿਆ ਕਾਲ ਮਰ ਤੋਂ ਜੁਣੀ ਸਭ ਪੀ ਅੱਜ 5 ਮਿੰਟ ਕੀਤਾ ਕੱਲ ਚਮਾਂ ਚ ਕਰਨਾ ਮਕਾਉਣਾ ਆ ਜੀ ਇੱਕ ਰੱਬ ਤੇ ਸਹਾਨ ਕਰਨਾ ਵਾ ਇੱਕ ਸਾਡੇ ਫਾਹੇ ਵੜਦੇ ਆ ਅਸੀਂ ਪੀ ਫਾਹੇ ਵੜਦਾ ਬਸ ਬਾਣੀ ਮੋਗੀ ਹੁਣ ਜਿੰਨਾਂ ਚ ਜੋ ਮਰਜ਼ੀ ਕਰੀਏ ਜਿੰਨੇ ਮਰਜ਼ੀ ਪਾਪ ਕਰੀਏ ਸਾਜ ਬਾੜ ਅਰੰਭ ਕੀਤਾ ਮਹਾਨ ਕਰਤੇ ਅੱਜ 60 ਕਰਤੇ ਅੱਜ 100 ਕਰਤਾ ਹਾ 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 ਦਹਾਂ ਦਨਿ ਭੋਗ ਪਾਤਾ ਵਾਜੀ ਵਾ ਸਹਿਜ ਪਾਤਾ ਬਹੁ ਮਹਾਨਤਾ ਮਹਾਨਤਾ ਆਣੀਆਂ ਜੇ 50 ਕੀਤੇ ਆ ਜੇ ਸਮਝ ਇੱਕ ਦੀ ਨਹੀਂ ਨਾਈ ਤਾਂ ਕੋਈ ਫਾਇਦਾ ਨਹੀਂ ਕਰਕੇ ਰੋਜ਼ ਦਾ ਏਕਾਂਗ ਪੜੋ ਪਰ ਉਹਨੂੰ ਸਮਝੋ ਅਰਥਾਂ ਸਮੇਤ ਗੁਰਬਾਣੀ ਪੜੋ ਗੁਰਬਾਣੀ ਨੂੰ ਸਮਝਣਾ ਚਾਹੀਦਾ ਵਾ ਪੀ ਗੁਰਬਾਣੀ ਕਹਿੰਦੀ ਕੀ ਆ ਸਾਨੂੰ ਉਪਦੇਸ਼ ਕੀ ਦੇਣ ਦੀ ਆ ਗੁਰਬਾਣੀ ਦੇ 1730 ਯੰਗਾ ਚ ਹਰ ਸਵਾਲ ਦਾ ਜਵਾਬ ਆ ਜੇ ਇਹਨੂੰ ਸਮਝ ਕੇ ਕਰਾਂਗੇ ਤੇ ਕਦੇ ਸਮਝ ਕੇ ਦੇਖਿਓ ਕਈ ਕਹਿੰਦੇ ਨਹੀਂ ਰੱਟੇ ਲਾਈ ਜਾਓ ਗਿੰਤੀਆਂ ਵਧਾਓ ਗਿੰਤੀਆਂ ਕਰੋ ਬਾਤ ਕੋਈ ਚੱਕਰ ਨਹੀਂ ਪਰ ਪਹਿਲਾਂ ਦੋ ਚਾਰ ਵਾਰ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਨੂੰ ਅਰਥਾਂ ਸਮੇਤ ਫਰੋਗ ਫਿਰਕ ਜੇ ਕੱਲ ਨੂੰ ਤੁਸੀਂ ਪੜੋਗੇ ਤੁਹਾਨੂੰ ਅਰਥ ਵੀ ਨਾਲ ਨਾਲ ਪਤਾ ਲੱਗਣਗੇ ਫਿਰ ਇੱਕ ਰੱਬ ਦਾ ਸਿਧਾਂਤ ਉੱਥੇ ਜਾ ਕੇ ਪਤਾ ਲੱਗਣਾ ਵੀ ਰੱਬ ਤੇ ਇੱਕ ਵਾ ਸਾਰੇ ਸੁਨੇਹਾ ਲੈ ਗਈ ਆ ਇਹ ਰੱਬ ਦਾ ਉਹ ਰੱਬ ਇੱਕ ਹੀ ਆ ਜੋੜੇ ਕੋਮਕਾ ਰਾ ਉਹ ਇੱਕ ਵਾ ਜਦੋਂ ਅਸੀਂ ਇਹਨੂੰ ਸਮਝਾਂਗੇ ਫਿਰ ਸਾਡੀ ਸਮਝ ਵਿੱਚ ਪੈਣਾ ਵਾ ਇਹ ਕਰਕੇ ਗੁਰਬਾਣੀ ਪੜਿਆ ਕਰੋ ਨਾਲ ਦੀ ਨਾਲ ਸਮਝਿਆ ਵੀ ਕਰੋ ਕਿ ਗੁਰਬਾਣੀ ਕਹਿਣਾ ਕੀ ਉਪਦੇਸ਼ ਕਰੀ ਦੇਣ ਦੀ ਭਾਵੇਂ 100 ਸਾਲ ਦੀ ਉਮਰ ਹੋ ਜਾਏ ਜੇ ਰੱਟੇ ਲਾਏ ਨਾ ਭਾਵੇਂ 100 ਆਠ ਹੀ ਕੀਤੀ ਆ ਸ਼ਾਇਦ ਹੈ ਕਿ ਇਸ ਪੰਕਤੀ ਨੂੰ ਵਿਚਾਰਨ ਤੇ ਸਾਡੀ ਸੋਚ ਚੱਲ ਗਈ ਹੋਏ ਤੇ ਵਿਚਾਰ ਲਈਏ ਨਹੀਂ ਤੇ ਕੋਈ ਸਮਝ ਨਹੀਂ ਪੈਂਦੀ ਕਰਕੇ ਗੁਰਬਾਣੀ ਪੜਿਆ ਕਰੋ ਨਾਲ ਦੇ ਨਾਲ ਵਿਚਾਰਿਆ ਕਰੋ ਜਦੋਂ ਤੁਹਾਨੂੰ ਅਰਥ ਪਤਾ ਲੱਗਣੇ ਸ਼ੁਰੂ ਹੋ ਗਏ ਮੁੜ ਕੇ ਭਾਵੇਂ 108 ਛੇ ਤੋਂ 1008 ਕਰ ਦਿਓ ਜਦੋਂ ਤੇਜ਼ੀਆਂ ਵਰਤੀਆਂ ਹੋ ਜਾਂਦੇ ਆ ਪਰ ਗੱਲ ਇਹ ਸਮਝਣਾ ਸਮਝਣਾ ਪੜਨਾ ਚਾਹੀਦਾ ਵੀ ਗੁਰਬਾਣੀ ਸਮਝਣੀ ਵੀ ਚਾਹੀਦੀ ਆ ਵੀ ਕਹਿਣ ਕੀ ਡਈ ਆ ਫਿਰ ਅਸੀਂ ਇੱਕ ਰੱਬ ਨੂੰ ਮੰਨਾਂਗੇ ਜਦੋਂ ਅਸੀਂ ਸਮਝਾਂਗੇ ਗੁਰਬਾਣੀ ਨੂੰ ਬੜੇ ਸਵਾਲਾਂ ਦੇ ਜਵਾਬ ਆ ਇਹ ਚ ਗੁਰੂਆਂ ਨੇ ਪਾਸ਼ਾ ਹਣਾ ਦਿੱਤੇ